ਹਾਂਜੀ ਸਾਸਰੀ ਕਾਲ ਪਹਿਲਾਂ ਤਾਂ ਸਾਰਿਆਂ ਨੂੰ ਅੱਜ ਜਿਹੜਾ ਇਹ ਟਰੈਕਟਰ ਹੈ ਇਹ ਯਾਰ ਜਹਾਜ਼ ਕਹਿ ਲਿਗੇ ਤਾਂ ਮੇਰੇ ਖਿਆਲ ਦੇ ਵਿੱਚ ਕੋਈ ਦੂਰ ਐ ਨਹੀਂ ਹੋਣੀ ਕਿਉਂਕਿ ਸਰਫੇ ਦੇ ਉੱਡਣ ਵਾਲਾ ਗੇਰ ਹੀ ਨਹੀਂ ਲੱਗਿਆ ਯਾਰ ਬਾਕੀ ਤਾਂ ਇਹਦੇ 'ਚ ਕੋਈ ਮਤਲਬ ਕਮੀ ਹੋਈ ਹੈ ਨਹੀਂਗੀ ਯਾਰ ਕਿੰਦੇ ਜਦੋਂ ਇਹ ਟਰੈਕਟਰ ਨੂੰ ਲੈ ਕੇ ਆਂਦਾ ਨਾ ਵੀਰੋ ਤੇ ਖੇਤਾਂ ਦੇ ਵਿੱਚ ਹਲ ਵਾਉਂਦਾ ਹੁੰਦਾ ਸੀ ਇਹ ਟਰੈਕਟਰ ਤੇ ਲੋਕ ਡਾਂਗਾ ਲੈ ਕੇ ਆ ਜਾਂਦੇ ਸੀ ਵੀ ਕੋਈ ਵੱਡਾ ਜਾਨਵਰ ਆ ਗਿਆ ਤੇ ਕੋਲ ਜਾ ਕੇ ਪਤਾ ਲੱਗਦਾ ਸੀ ਵੀ ਇਹ ਤਾਂ ਟਰੈਕਟਰ ਹੈ ਸੋ ਦੇਖੋ ਯਾਰ ਕਿਵੇਂ ਜਿਵੇਂ ਨਵੀਂ ਬਹੂ ਆਉਂਦੀ ਹੁੰਦੀ ਹੈ ਇਦਾਂ ਤੁਰਦਾ ਆ ਬੱਲੇ ਵੇਖ ਕਿਦਾਂ ਮੁਰਦਾ ਕਿਦਾਂ ਐ ਮਚਕ ਮਚਕ ਦੇ ਕੇ ਪੱਬ ਰੱਖਦਾ ਧਰਤੀ ਤੇ ਤੇ ਮੂਹਰੋਂ ਲਾਈਟ ਤਾਂ ਐ ਲੱਗਦੀ ਆ ਜਿਵੇਂ ਮੋਟੀ ਜੀ ਅੱਖ ਹੋਵੇ ਕਿਸੇ ਦੀ ਆਹਾਹਾ ਵੀ ਜਿਆਦੇ ਗੱਲਾਂ ਬਾਤਾਂ ਆਪਾਂ ਟਰੈਕਟਰ ਬਾਰੇ ਕਰਨ ਦੀ ਲੋੜ ਨਹੀਂ ਵੀਰੋ ਕਿਉਂਕਿ ਟਰੈਕਟਰ ਦੇ ਵਿੱਚ ਆਪ ਬੋਲ ਕੇ ਦੱਸਦਾ ਵੀ ਮੈਂ ਕੀ ਚੀਜ਼ ਆ ਬਾਈ ਇਹ ਤੇ ਆਹ ਇਹਦੀ ਚਾਬੀ ਆ ਦੇਖ ਲਓ ਉਸ ਮੌਕੇ ਦੀ ਚਾਬੀ ਲੱਗੀ ਹੋਈ ਆ ਇਹਨੂੰ ਸੈਲਫ 68 ਸੀ ਇਹ ਗੇਜਾਂ ਵੀ ਇਹਦੀਆਂ ਨਾਲ ਦਿਆਂ ਤੇ ਮਤਲਬ ਯਾਰ ਮੈਂ ਕੀ ਸਿਫਤ ਕਰਾਂ ਯਾਰ ਇਹਦੀ ਮੈਂ ਤੁਸੀਂ ਆਪ ਦੇਖੀ ਚਲੋ ਆਹ ਬ੍ਰੇਕ ਆ ਬਈ ਸਿੰਗਲ ਬ੍ਰੇਕਾਂ ਨਾਲ ਹੀ ਮੁੜਦਾ ਸੀ ਪੈਰ ਰੱਖਣ ਵਾਲਾ ਏਲ ਕਲਿੰਦਲ ਤੇ ਸਾਰਾ ਮਤਲਬ ਨਾਲ ਦਾ ਹੀ ਆ ਬਈ ਉਦੋਂ ਅਲਟੀਨੇਟਰ ਲੱਗ ਗਿਆ ਸੀ ਇਹਨੂੰ ਉਦੋਂ ਤੇ ਦੇਖੋ ਖੜਾ ਕਿਵੇਂ ਆ ਯਾਰ ਜਿਵੇਂ ਵੇੜੇ ਦੇ ਵਿੱਚ ਸੱਜਰੀ ਵਿਆਹੀ ਮਟਿਆਰ ਖੜੀ ਹੁੰਦੀ ਹੈ ਨਾ ਐਂ ਖੜਾ ਮੇਰਾ ਬਾਈ ਇਹ ਟਰੈਕਟਰ ਸੇਫਤਾ ਤਾਂ ਯਾਰ ਬਣਦੀਆਂ ਜਿਹੜੀ ਚੀਜ਼ ਸਰਦਾਰੀ ਤਾਂ ਇਹ ਸਾਡੀ ਸਰਦਾਰੀ ਆ ਯਾਰ ਸਾਹਮਣੇ ਰੱਖਿਆ ਹੋਇਆ ਨਾਲ ਦੇ ਟਾਇਰ ਨਾਲ ਦੀ ਬੈਟਰੀ ਨਾਲ ਦਾ ਮਗਰਲਾ ਗਾਜਰ ਗੁੱਲਾਜਾ ਨਾਲ ਦੀਆਂ ਲਿੰਕਾਂ ਮੈਂ ਹੁਣ ਕੀ ਕੀ ਦੱਸਾਂ ਇਹਦੇ ਬਾਰੇ ਆਹ ਲਾਈਟ ਤਾਂ ਐ ਲੱਗਦੀ ਐ ਜਿਵੇਂ ਮਟਿਆਰ ਨੇ ਸੁਰਮਾ ਪਾਇਆ ਹੁੰਦਾ ਹੱਬ ਦੇਖ ਲਓ ਹਾਂ ਆਹ ਕਿਵੇਂ ਘਰਾਰੀਆਂ ਘੁੰਮ ਰਹੀਆਂ ਪੱਖਾ ਤਾਂ ਬਈ ਏਸੀ ਲੱਗਾ ਇਹਦੇ ਵਿੱਚ